ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹੋਇਆਂ ਲੁਧਿਆਣੇ ਦੀ ਦ੍ਰੇਸੀ ਗਰਾਊਂਡ ਦੇ ਵਿੱਚ ਬਹੁਤ ਵੱਡਾ ਮੇਲਾ ਲੱਗ ਰਿਹਾ ਹੈ। ਇਸ ਮੇਲੇ ਦੇ ਸੰਬੰਧ ਵਿੱਚ ਹੀ ਵੱਖ ਵੱਖ ਤਰ੍ਹਾਂ ਦੇ ਭੰਗੂੜੇ, ਮੌਤ ਦਾ ਖੂਹ, ਬੱਚਿਆਂ ਦੇ ਦੇਖਣ ਲਈ, ਸਿਆਣਿਆਂ ਦੇ ਦੇਖਣ ਦੇ ਲਈ ਲੱਗਾ ਹੋਇਆ ਹੈ। ਇਸ ਸਮੇਂ ਇਸ ਮੌਤ ਦੇ ਖੂਹ ਦੇ ਵਿੱਚ 3 ਮੋਟਰਸਾਈਕਲ ਲਗਾਤਾਰ ਚੱਲਦੇ ਹਨ ਅਤੇ 2 ਕਾਰਾਂ ਚੱਲਦੀਆਂ ਹਨ, ਔਰ ਦੇਖ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਕਿੰਨਾ ਇਹਨਾਂ ਦਾ ਕੌਨਫੀਡੈਂਸ ਹੈ। ਔਰ ਨਾਲ ਹੀ ਭੰਗੂੜੇ ਅਲੱਗ ਅਲੱਗ ਤਰ੍ਹਾਂ ਦੇ ਰਾਤ ਦੇ ਸਮੇਂ ਵਿੱਚ ਜਦ ਲਾਈਟਾਂ ਜਗਦੀਆਂ ਨੇ ਅਤੇ ਇਹ ਭੰਗੂੜੇ ਇੱਕ ਬਹੁਤ ਹੀ ਦਿਲਕਸ ਦ੍ਰਿਸ਼ ਪੈਦਾ ਕਰਦੀਆਂ ਨੇ, ਔਰ ਇਹਨਾਂ ਲਾਈਟਾਂ ਦੇ ਵਿੱਚ ਬਹੁਤ ਹੀ ਵਧੀਆ ਦੇਖਣ ਨੂੰ, ਝੂਟਣ ਨੂੰ, ਮਨੋਰੰਜਨ ਨੂੰ, ਖੇਡਣ ਲਈ, ਖੇਡਾਂ ਨੂੰ ਦੇਖਣ ਦੇ ਲਈ ਬੱਚਿਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ। ਔਰ ਦੁਸਹਿਰੇ ਤੋਂ ਲਗਭਗ 1 ਹਫ਼ਤਾ ਪਹਿਲਾਂ ਹੀ ਇਸ ਗਰਾਊਂਡ ਦੇ ਵਿੱਚ ਰੌਣਕਾਂ ਲੱਗ ਗਈਆਂ ਹਨ। ਇਸ ਸਾਰੇ ਪ੍ਰੋਗਰਾਮ ਨੂੰ ਬਹੁਤ ਹੀ ਸੁਚਾਰੂ ਢੰਗ ਦੇ ਨਾਲ ਚਲਾਇਆ ਜਾ ਰਿਹਾ, ਔਰ ਦੇਖ ਕੇ ਇਸ ਵੀਡੀਓ ਦੇ ਵਿੱਚ ਵੀ ਲੱਗ ਰਿਹਾ ਹੈ ਕਿ ਵਾਕਿਆ ਹੀ ਇਹ ਜਿਹੜਾ ਦੁਸਹਿਰੇ ਦਾ ਤਿਉਹਾਰ ਹੈ ਇਸ ਨੂੰ ਬਹੁਤ ਹੀ ਵਧੀਆ ਸੁਚੱਜੇ ਢੰਗ ਦੇ ਨਾਲ ਮਨਾਉਣ ਦੇ ਲਈ ਪ੍ਰਬੰਧ ਕੀਤੇ ਗਏ ਹਨ ਪ੍ਰਬੰਧਕਾਂ ਵੱਲੋਂ। ਔਰ ਇਹ ਜਿਹੜਾ ਦ੍ਰੇਸੀ ਗਰਾਊਂਡ ਲੁਧਿਆਣੇ ਦੀ ਹੈ, ਹਰ ਸਾਲ ਇੱਥੇ ਦੁਸਹਿਰਾ ਮਨਾਇਆ ਜਾਂਦਾ। ਆ ਰੇਲ ਗੱਡੀ, ਬੱਚੇ ਬਹੁਤ ਖੁਸ਼ ਹੋ ਰਹੇ ਨੇ, ਇਹਦੇ ਉੱਪਰ ਬੈਠ ਕੇ ਝੂਟੇ ਲੈਂਦੇ ਨੇ, ਨਜ਼ਾਰੇ ਕਰ ਰਹੇ ਨੇ, ਔਰ ਨਾਲ ਉਹਨਾਂ ਦੇ ਮਾਪੇ ਵੀ ਪਹੁੰਚੇ ਹੋਏ ਨੇ। ਚੰਡੋਲ ਹੈ, ਚੰਡੋਲ ਜਦੋਂ ਰਾਤ ਨੂੰ ਘੁੰਮਦਾ ਤਾਂ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਅਸਮਾਨ ਦੇ ਵਿੱਚ ਦੀਵਾਲੀ ਦੇ ਤਿਉਹਾਰ 'ਤੇ ਫੁੱਲ ਚਿੜੀਆਂ ਉੱਪਰ ਨੂੰ ਜਾਂਦੀਆਂ ਨੇ, ਥੱਲੇ ਨੂੰ ਆਉਂਦੀਆਂ ਨੇ, ਆਪਣੀ ਲਾਈਟ ਛੱਡਦੀਆਂ ਹੋਈਆਂ। ਇਹ ਪੈਂਡੂਲਮ ਹੈ, ਇਸੇ ਤਰ੍ਹਾਂ ਹੀ ਆ ਹੈਲੀਕਾਪਟਰ, ਔਰ ਬੱਤਖਾਂ ਦੀ ਤਰ੍ਹਾਂ ਇਹ ਵੀ ਟ੍ਰੇਨ ਹੈ ਜਿਹੜਾ ਬੱਚਿਆਂ ਲਈ ਖਿੱਚ ਦਾ ਖਾਸ ਕੇਂਦਰ ਬਣੀ ਹੋਈ ਹੈ, ਔਰ ਬਹੁਤ ਹੀ ਖੁਸ਼ੀ ਦੇ ਨਾਲ ਬੱਚੇ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਦੇਖਣ ਆ ਰਹੇ ਹਨ ਇਸ ਟ੍ਰੇਨ ਨੂੰ, ਪੈਂਡੂਲਮ ਨੂੰ, ਚੰਡੋਲ ਨੂੰ, ਔਰ ਅਨੇਕਾਂ ਤਰ੍ਹਾਂ ਦੇ ਹੋਰ ਦਿਲਕਸ਼ ਭੰਗੂੜੇ ਇਸ ਗਰਾਊਂਡ ਦੇ ਵਿੱਚ ਲੱਗੇ ਹੋਏ ਹਨ।